ਦਲਜੀਤ ਕੌਰ ਮੰਤਰੀ ਹੈ, ਹਾਏ 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 ਹਾਏ, ਆਪਾ ਦਲਜੀਤ ਕੌਰ ਮੰਤਰੀ ਹੈ, ਹਾਏ 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 ਹਾਏ, ਆਪਾ ਦਲਜੀਤ ਕੌਰ ਮੰਤਰੀ ਹੈ, ਹਾਏ ਹਾਏ, ਕੁਝ ਵੀ ਸ਼ਾਂਤੀ ਨਾਲ ਕਰਦੇ ਰਹਿਣਗੇ, ਹਾਏ ਹਾਏ, ਆਪਾ ਦਲਜੀਤ ਕੌਰ ਮੰਤਰੀ ਮਰਦਾਬਾਦ, 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 ਆਪਾ ਮਰਦਾਬਾਦ, ਨਹੀਂ ਖੋ ਪੈਂਦਾ ਕਿਹੜਾ ਕਣਾ ਕਰ। ਦੇਖੋ ਜੀ, ਮੈਂ ਰਮਨ ਕੁਮਾਰ, ਸੂਬਾ ਆਗੂ ਬੇਰੁਜ਼ਗਾਰ ਯੂਨੀਅਨ ਪੰਜਾਬ। ਸਾਡਾ ਬੇਰੁਜ਼ਗਾਰ ਸਾਂਝਾ ਮੋਰਚਾ ਜਥੇਬੰਦੀਆਂ ਦਾ ਬਣਿਆ ਹੋਇਆ। ਅਸੀਂ ਪ੍ਰੋਗਰਾਮ ਬੜੇ ਦਿਨਾਂ ਤੋਂ ਲੀਕਿਆ ਹੋਇਆ ਸੀ ਕਿ ਪੰਜਾਬ ਦੇ ਅੱਧੇ ਤੋਂ ਵੱਧ ਮੰਤਰੀਆਂ ਅਤੇ ਮੁੱਖ ਮੰਤਰੀ ਦੇ ਘਰ ਅੱਗੇ ਸੰਘਰਸ਼ੀ ਲੋਹੜੀ ਬਾਲ ਕੇ ਝੂਠੇ ਲਾਰਿਆਂ ਦੀ ਪੰਡ ਫੂਕਾਂਗੇ। ਅਸੀਂ ਬਲਜੀਤ ਕੌਰ ਡਾਕਟਰ ਜਿਹੜਾ ਮੰਤਰੀ ਆ ਉਹਨਾਂ ਦੇ ਘਰ ਅੱਗੇ ਜਿਹੜੀ ਲੋਹੜੀ ਬਾਲਣ ਆਏ ਸੀ, ਪਰ ਸਰਕਾਰ ਦਾ ਧੱਕਾ ਤੁਸੀਂ ਦੇਖ ਹੀ ਰਹੋ। ਜਿਹੜੀ ਆਮ ਆਦਮੀ ਪਾਰਟੀ ਸਰਕਾਰ ਕਹਿੰਦੀ ਸੀ ਕਿ ਸਾਡੇ ਦਰਵਾਜ਼ੇ ਹਮੇਸ਼ਾ ਖੁੱਲ੍ਹੇ ਰਹਿਣਗੇ, ਜਿਹੜਾ ਮਰਜ਼ੀ ਆ ਕੇ ਮਿਲ ਲਈ, ਪਰ ਸਾਨੂੰ ਇੱਕ ਗਲੀ ਪਹਿਲਾਂ ਹੀ ਧੱਕੇ ਨਾਲ ਬੈਰਿੰਗ ਕੱਟ ਕੇ ਗੇਟ ਕਰਕੇ ਪੁਲਿਸ ਨੇ ਧੱਕਾ ਮੁੱਕੀ ਕਰਕੇ ਇੱਥੇ ਰੋਕਿਆ ਔਰ ਸਾਨੂੰ ਧੱਕੇ ਮਾਰੇ ਗਏ ਆ, ਬਹੁਤ ਬੁਰੀ ਤਰ੍ਹਾਂ ਕੁੱਟਿਆ ਗਿਆ ਔਰ ਇੱਥੇ ਅਸੀਂ ਬੈਠੇ ਹਾਂ। ਅਸੀਂ ਵਾਜਦ ਹਾਂ, ਅਸੀਂ ਇਹਨਾਂ ਦੇ ਘਰ ਦੇ ਅੱਗੇ ਜਾ ਕੇ ਸੰਘਰਸ਼ੀ ਲੋਹੜੀ ਬਾਲ ਕੇ ਆਵਾਂਗੇ। ਦੇਖੋ ਜੀ, ਸਾਡੀਆਂ ਜਿਹੜੀਆਂ ਇੱਕੋ ਇੱਕ ਮੁੱਖ ਮੰਗ ਹੈ ਕਿ ਜਿਹੜੇ ਲਾਰਾ ਲਾ ਰਹੇ ਸੀ ਕਿ ਅਸੀਂ ਹਰ ਸਾਲ 40,000 ਪੋਸਟਾਂ ਕੱਢਾਂਗੇ, 2 ਸਾਲ ਬੀਤ ਚੁੱਕੇ ਆ। ਇੱਥੋਂ ਦਾ ਮੁੱਖ ਮੰਤਰੀ ਔਰ ਸਾਰੀ ਕੈਬਨਿਟ ਸਾਨੂੰ ਸਿਰਫ ਕੋਈ ਇਸ਼ਤਿਹਾਰ ਦਿਖਾ ਦੇਣ ਜਿਹੜਾ ਇਹ ਸਰਕਾਰ ਨੇ ਪੋਸਟਾਂ ਕੱਢੀਆਂ ਹੋਣ ਔਰ ਉਹਨੂੰ ਸਿਰੇ ਚੜ੍ਹਾਇਆ ਹੋਵੇ। ਅਸੀਂ ਜਿਹੜਾ ਸਿੱਖਿਆ ਮਹਿਕਮੇ ਅਤੇ ਸਿਹਤ ਮਹਿਕਮੇ ਵਿੱਚ ਸਾਰੀਆਂ ਜਿੰਨੀਆਂ ਸਾਮੀ ਪਈਆਂ ਖਾਲੀਆਂ ਪੋਸਟਾਂ, ਉਹਨਾਂ ਦਾ ਇਸ਼ਤਿਹਾਰ ਕਹਿੰਦੇ ਜਾਰੀ ਕਰੋ ਔਰ ਓਵਰੇਜ ਹੋ ਚੁੱਕੇ ਸਾਰੇ ਸਾਥੀਆਂ ਨੂੰ ਉਹਦੇ ਵਿੱਚ ਇੱਕ ਮੌਕਾ ਦਿੱਤਾ ਜਾਵੇ। ਅਤੇ 55% ਦੀ ਜਿਹੜੀ ਸ਼ਰਤ ਇਹਨਾਂ ਨੇ ਧੱਕੇ ਨਾਲ ਲਗਾ ਦਿੱਤੀ ਹੈ ਮਾਸਟਰ ਕੇਡਰ 'ਤੇ, ਉਹ ਰੱਦ ਕੀਤੀ ਜਾਵੇ ਅਤੇ ਸਾਰੀਆਂ ਸਾਮੀਆਂ ਦਾ ਇਸ਼ਤਿਹਾਰ ਜਲਦੀ ਜਾਰੀ ਕੀਤਾ ਜਾਵੇ। ਹਾਂਜੀ ਮੈਮ, ਜਿਹੜੇ ਧਰਨੇ ਵਾਲੇ ਆਏ ਸੀਗੇ, ਕੀ ਹੁਣ ਹੋਇਆ? ਹਾਂਜੀ, ਇਹ ਸਾਂਝਾ ਮੰਚ ਫਰੰਟ ਵੱਲੋਂ ਅੱਜ ਮੰਤਰੀ ਸਾਹਿਬ ਦੀ ਕੋਠੀ ਅੱਗੇ ਲੋਹੜੀ ਬਾਲ ਕੇ ਆਪਣਾ ਰੋਸ ਪ੍ਰਦਰਸ਼ਨ ਕੀਤਾ ਗਿਆ, ਜੋ ਕਿ ਉਹ ਬੇਰੁਜ਼ਗਾਰ ਲੋਕ ਹਨ, ਉਹਨਾਂ ਦੀ ਸਰਕਾਰ ਅੱਗੇ ਮੰਗ ਹੈ ਕਿ ਸਾਨੂੰ ਰੁਜ਼ਗਾਰ ਦਿੱਤਾ ਜਾਵੇ। ਅਤੇ ਹੁਣ ਉਹਨਾਂ ਨੂੰ ਆਗਿਆ ਦੇ ਦਿੱਤੀ ਵੀ ਤੁਸੀਂ 5 ਬੰਦੇ ਜਾ ਕੇ ਆਪਣੀ ਲੋਹੜੀ ਬਾਲ ਲਓ। ਕੋਈ ਪੁਲਿਸ ਵੱਲੋਂ ਕੋਈ ਧੱਕਾ ਮੁੱਕੀ ਕੀਤੀ ਗਈ? ਨਹੀਂ ਜੀ, ਮੇਰੇ ਸਾਹਮਣੇ ਤੋਂ ਕੋਈ ਪੁਲਿਸ ਵੱਲੋਂ ਧੱਕਾ ਮੁੱਕੀ ਨਹੀਂ ਕੀਤੀ ਗਈ। ਵੈਸੇ ਸਾਰੇ ਲੋਕ ਜਾਂ ਉਹਨਾਂ ਨੂੰ ਰੋਕਣਾ ਪਿਆ ਵੀ ਕੁਝ ਬੰਦੇ ਤੁਸੀਂ ਚਲੇ ਜਾਓ, ਸਾਰੇ ਨਾ ਜਾਓ। ਦੇਖੋ ਜੀ, ਮੈਂ ਰਮਨ ਕੁਮਾਰ, ਸੂਬਾ ਆਗੂ ਬੇਰੁਜ਼ਗਾਰ ਯੂਨੀਅਨ ਪੰਜਾਬ। ਸਾਡਾ ਬੇਰੁਜ਼ਗਾਰ ਸਾਂਝਾ ਮੋਰਚਾ ਜਥੇਬੰਦੀਆਂ ਦਾ ਬਣਿਆ ਹੋਇਆ। ਅਸੀਂ ਪ੍ਰੋਗਰਾਮ ਬੜੇ ਦਿਨਾਂ ਤੋਂ ਲੀਕਿਆ ਹੋਇਆ ਸੀ ਕਿ ਪੰਜਾਬ ਦੇ ਅੱਧੇ ਤੋਂ ਵੱਧ ਮੰਤਰੀਆਂ ਅਤੇ ਮੁੱਖ ਮੰਤਰੀ ਦੇ ਘਰ ਅੱਗੇ ਸੰਘਰਸ਼ੀ ਲੋਹੜੀ ਬਾਲ ਕੇ ਝੂਠੇ ਲਾਰਿਆਂ ਦੀ ਪੰਡ ਫੂਕਾਂਗੇ। ਅਸੀਂ ਬਲਜੀਤ ਕੌਰ ਡਾਕਟਰ ਜਿਹੜਾ ਮੰਤਰੀ ਆ ਉਹਨਾਂ ਦੇ ਘਰ ਅੱਗੇ ਜਿਹੜੀ ਲੋਹੜੀ ਬਾਲਣ ਆਏ ਸੀ, ਪਰ ਸਰਕਾਰ ਦਾ ਧੱਕਾ ਤੁਸੀਂ ਦੇਖ ਹੀ ਰਹੋ। ਜਿਹੜੀ ਆਮ ਆਦਮੀ ਪਾਰਟੀ ਸਰਕਾਰ ਕਹਿੰਦੀ ਸੀ ਕਿ ਸਾਡੇ ਦਰਵਾਜ਼ੇ ਹਮੇਸ਼ਾ ਖੁੱਲ੍ਹੇ ਰਹਿਣਗੇ, ਜਿਹੜਾ ਮਰਜ਼ੀ ਆ ਕੇ ਮਿਲ ਲਈ, ਪਰ ਸਾਨੂੰ ਇੱਕ ਗਲੀ ਪਹਿਲਾਂ ਹੀ ਧੱਕੇ ਨਾਲ ਬੈਰਿੰਗ ਕੱਟ ਕੇ ਗੇਟ ਕਰਕੇ ਪੁਲਿਸ ਨੇ ਧੱਕਾ ਮੁੱਕੀ ਕਰਕੇ ਇੱਥੇ ਰੋਕਿਆ ਔਰ ਸਾਨੂੰ ਧੱਕੇ ਮਾਰੇ ਗਏ ਆ, ਬਹੁਤ ਬੁਰੀ ਤਰ੍ਹਾਂ ਕੁੱਟਿਆ ਗਿਆ ਔਰ ਇੱਥੇ ਅਸੀਂ ਬੈਠੇ ਹਾਂ। ਅਸੀਂ ਵਾਜਦ ਹਾਂ, ਅਸੀਂ ਇਹਨਾਂ ਦੇ ਘਰ ਦੇ ਅੱਗੇ ਜਾ ਕੇ ਸੰਘਰਸ਼ੀ ਲੋਹੜੀ ਬਾਲ ਕੇ ਆਵਾਂਗੇ। ਦੇਖੋ ਜੀ, ਸਾਡੀਆਂ ਜਿਹੜੀਆਂ ਇੱਕੋ ਇੱਕ ਮੁੱਖ ਮੰਗ ਹੈ ਕਿ ਜਿਹੜੇ ਲਾਰਾ ਲਾ ਰਹੇ ਸੀ ਕਿ ਅਸੀਂ ਹਰ ਸਾਲ 40,000 ਪੋਸਟਾਂ ਕੱਢਾਂਗੇ, 2 ਸਾਲ ਬੀਤ ਚੁੱਕੇ ਆ। ਇੱਥੋਂ ਦਾ ਮੁੱਖ ਮੰਤਰੀ ਔਰ ਸਾਰੀ ਕੈਬਨਿਟ ਸਾਨੂੰ ਸਿਰਫ ਕੋਈ ਇਸ਼ਤਿਹਾਰ ਦਿਖਾ ਦੇਣ ਜਿਹੜਾ ਇਹ ਸਰਕਾਰ ਨੇ ਪੋਸਟਾਂ ਕੱਢੀਆਂ ਹੋਣ ਔਰ ਉਹਨੂੰ ਸਿਰੇ ਚੜ੍ਹਾਇਆ ਹੋਵੇ।
ਅਸੀਂ ਜਿਹੜਾ ਸਿੱਖਿਆ ਮਹਿਕਮੇ ਅਤੇ ਸਿਹਤ ਮਹਿਕਮੇ ਵਿੱਚ ਸਾਰੀਆਂ ਜਿੰਨੀਆਂ ਸਾਮੀ ਪਈਆਂ ਖਾਲੀਆਂ ਪੋਸਟਾਂ ਉਹਨਾਂ ਦਾ ਇਸ਼ਤਿਹਾਰ ਕਹਿੰਦੇ ਜਾਰੀ ਕਰੋ ਔਰ ਓਵਰੇਜ ਹੋ ਚੁੱਕੇ ਸਾਰੇ ਸਾਥੀਆਂ ਨੂੰ ਉਹਦੇ ਵਿੱਚ ਇੱਕ ਮੌਕਾ ਦਿੱਤਾ ਜਾਵੇ ਅਤੇ 55% ਦੀ ਜਿਹੜੀ ਸ਼ਰਤ ਇਹਨਾਂ ਨੇ ਧੱਕੇ ਨਾਲ ਲਗਾ ਦਿੱਤੀ ਹੈ ਮਾਸਟਰ ਕੇਡਰ 'ਤੇ ਉਹ ਰੱਦ ਕੀਤੀ ਜਾਵੇ ਅਤੇ ਸਾਰੀਆਂ ਸਾਮੀਆਂ ਦਾ ਇਸ਼ਤਿਹਾਰ ਜਲਦੀ ਜਾਰੀ ਕੀਤਾ ਜਾਵੇ। ਹਾਂਜੀ ਮੈਮ, ਜਿਹੜੇ ਧਰਨੇ ਵਾਲੇ ਆਏ ਸੀਗੇ ਕੀ ਹੁਣ ਹੋਇਆ? ਹਾਂਜੀ, ਇਹ ਸਾਂਝਾ ਮੰਚ ਫਰੰਟ ਵੱਲੋਂ ਅੱਜ ਮੰਤਰੀ ਸਾਹਿਬ ਦੀ ਕੋਠੀ ਅੱਗੇ ਲੋਹੜੀ ਬਾਲ ਕੇ ਆਪਣਾ ਰੋਸ ਪ੍ਰਦਰਸ਼ਨ ਕੀਤਾ ਗਿਆ, ਜੋ ਕਿ ਉਹ ਬੇਰੁਜ਼ਗਾਰ ਲੋਕ ਹਨ, ਉਹਨਾਂ ਦੀ ਸਰਕਾਰ ਅੱਗੇ ਮੰਗ ਹੈ ਕਿ ਸਾਨੂੰ ਰੁਜ਼ਗਾਰ ਦਿੱਤਾ ਜਾਵੇ ਅਤੇ ਹੁਣ ਉਹਨਾਂ ਨੂੰ ਆਗਿਆ ਦੇ ਦਿੱਤੀ ਵੀ ਤੁਸੀਂ 5 ਬੰਦੇ ਜਾ ਕੇ ਆਪਣੀ ਲੋਹੜੀ ਬਾਲ ਲਓ। ਕੋਈ ਪੁਲਿਸ ਵੱਲੋਂ ਕੋਈ ਧੱਕਾ ਮੁੱਕੀ ਕੀਤੀ ਗਈ ਉਹਨਾਂ? ਨਹੀਂ ਜੀ, ਮੇਰੇ ਸਾਹਮਣੇ ਤੋਂ ਕੋਈ ਪੁਲਿਸ ਵੱਲੋਂ ਧੱਕਾ ਮੁੱਕੀ ਨਹੀਂ ਕੀਤੀ ਗਈ। ਵੈਸੇ ਸਾਰੇ ਲੋਕ ਉਹਨਾਂ ਨੂੰ ਰੋਕਣਾ ਪਿਆ ਵੀ ਕੁਝ ਬੰਦੇ ਤੁਸੀਂ ਚਲੇ ਜਾਓ, ਸਾਰੇ ਨਾ ਜਾਓ।